ਕਸਬਾ ਜ਼ਿਲ੍ਹਾ ਅੰਮ੍ਰਿਤਸਰ ਦੇ ਸਪੋਰਟਸ ਸੈੱਲ ਦੇ ਜਿਹੜੇ ਆਪਣੇ ਪ੍ਰਧਾਨ ਹੈਗੇ ਇਹਨਾਂ ਵੱਲੋਂ ਬੋਲ ਰਹੇ ਹੈਗੇ, ਇਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਰਿਗਾਰਡਿੰਗ ਜਿਹੜੀ ਆਗਰਾ ਵਿੱਚ ਉੱਤਰ ਪ੍ਰਦੇਸ਼ ਘਟਨਾ ਹੋਈ ਹੈ। ਇੱਕ ਲੜਕੀ ਲੈਜੈਂਡਰੀ ਹਾਂਜੀ ਨਵਾਰੀ ਲੜਕੀ ਨਾਲ ਜੋ ਵਧੀਕੀ ਹੋਈ ਹੈ, ਜੋ ਉਹਦੇ ਬਾਰੇ ਇਹਨਾਂ ਨੇ ਮਾਲੂਮ ਭਾਰਤ ਸਰਕਾਰ ਪੱਤਰ ਜਿਹੜਾ ਕੀਤਾ ਠੀਕ ਹੈ ਸਰ। ਆਪਣਾ ਨਾਮ ਦੱਸ ਕੇ। ਮੈਂ ਲਵ ਬੋਰੀਆ, ਭਾਰਤੀ ਜਨਤਾ ਪਾਰਟੀ ਸਪੋਰਟਸ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਹੈ। ਰਾਤੀ ਜਿਵੇਂ ਕਿ ਮੈਂ ਤੁਹਾਡੇ ਸਾਹਮਣੇ ਰੂਬਰੂ ਹੋਇਆ ਸੀਗਾ, ਅਤੇ ਆਪਾਂ ਡੀ ਸੀ ਸਾਹਿਬ ਨੂੰ ਆਪਣੇ ਕਹੇ ਦੇ ਅਨੁਸਾਰ ਜੋ ਆਗਰਾ ਦੇ ਵਿੱਚ ਸਾਡੀ ਦਲਿਤ ਸਮਾਜ ਦੀ ਧੀ ਨੂੰ ਜਿੰਦਾ ਜਲਾ ਦਿੱਤਾ ਗਿਆ ਆ, ਉਹਦੇ ਸੰਦਰਭ ਦੇ ਵਿੱਚ ਅਸੀਂ ਡੀ ਸੀ ਸਾਹਿਬ ਦੇ ਰਾਹੀਂ ਰਾਸ਼ਟਰਪਤੀ ਸਾਹਿਬ ਨੂੰ ਮੈਮੈਂਡਮ ਦੇਣ ਆਏ ਹਾਂ ਕਿ 18 ਤਰੀਕ ਦੀ ਇਹ ਘਟਨਾ ਹੋਈ ਹੈ ਅਤੇ ਅੱਜ 24 ਤਰੀਕ ਹੋ ਗਈ, ਅਜੇ ਤੱਕ ਦੋਸ਼ੀਆਂ ਦਾ ਕੋਈ ਪਤਾ ਨਹੀਂ ਲੱਗਦਾ ਪਿਆ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਦੇਸ਼ ਦਾ ਅਤੇ ਆਗਰੇ ਦਾ ਮਾਹੌਲ ਜਿਹੜਾ ਉਹ ਠੀਕ ਰਹੇ। ਅਸੀਂ ਇਸ ਸੰਦਰਭ ਦੇ ਵਿੱਚ ਵੀ ਜਲਦ ਤੋਂ ਜਲਦ ਜਿਹੜੇ ਆ ਦੋਸ਼ੀ ਉਹਨਾਂ ਨੂੰ ਫੜਿਆ ਜਾਵੇ। ਸਾਡੇ ਨਾਲ ਆਲ ਇੰਡੀਆ ਹਿੰਦੂ ਸੰਘਰਸ਼ ਸਮਿਤੀ ਦੇ ਕਮੇਟੀ ਦੇ ਪ੍ਰਧਾਨ ਪੰਜਾਬ ਪ੍ਰਧਾਨ ਕਰਨ ਗਿੱਲ ਜੀ ਵੀ ਨੇ, ਹਿੰਦੂ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਪੂਰੀ ਸਾਡੇ ਨਾਲ ਮੋਢਾ ਲਾ ਕੇ ਤਿਆਰ ਹੈ। ਅਤੇ ਜੇ ਆਪਾਂ ਇਹੋ ਆਸ ਕਰਦੇ ਹਾਂ ਵੀ ਮਾਨਯੋਗ ਰਾਸ਼ਟਰਪਤੀ ਤੱਕ ਜਲਦੀ ਤੋਂ ਜਲਦੀ ਸਾਡਾ ਮੈਮੈਂਡਮ ਪਹੁੰਚੇ ਅਤੇ ਦੋਸ਼ੀਆਂ ਨੂੰ ਜਿਹੜੀ ਆ ਉਹ ਕਾਰਵਾਈ ਕਰਦੇ ਹੋਏ ਫੜਿਆ ਜਾਵੇ। ਜੇ 10 ਦਿਨਾਂ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਅਸੀਂ ਆਪਣੇ ਅੰਮ੍ਰਿਤਸਰ ਤੋਂ ਆਪਣੇ ਪੂਰੇ ਦਲ ਨੂੰ ਨਾਲ ਲੈ ਕੇ ਅਤੇ ਹਿੰਦੂ ਸੰਘਰਸ਼ ਕਮੇਟੀ ਨੂੰ ਨਾਲ ਲੈ ਕੇ ਆਗਰਾ ਜਾ ਕੇ ਵੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਅਸੀਂ ਨਹੀਂ ਚਾਹੁੰਦੇ ਵੀ ਕਾਨੂੰਨ ਪ੍ਰਣਾਲੀ ਨੂੰ ਅਸੀਂ ਖਰਾਬ ਕਰੀਏ। ਇਸ ਕਰਕੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਇਹੋ ਅਪੀਲ ਹੈ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਅਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ।